ਬਹੁਤ ਬੜੀ ਮਸ਼ਹੂਰ ਥੀ ਜਿੰਦੀ ਕੋਈ ਨਹੀਂ ਸੁਣਦਾ ਉਹ ਕੋਈ ਬਗੈਰਤੀ ਕਰੇ ਜਾਂ ਉਹ ਕੋਈ ਐਸੀ ਖੱਚ ਵੱਡੇ ਜਾਂ ਉਹ ਐਸਾ ਇਸਲਾਮ ਨੂੰ ਇਸਤੇਮਾਲ ਕਰੇ ਕਿ ਜਾਂ ਬੇਹਰਮਤੀ ਕਰੇ ਜਾਂ ਕੋਈ ਐਸੀ ਨਾ ਖੱਚ ਵੱਡ ਦੇਵੇ ਤਾਂ ਕਿ ਨਾ ਲੋਗ ਉਹਦੀ ਸੁਣਨ ਲੱਗ ਪਨੋਰ ਕਵਨ ਵੀ ਇਹ ਬੜਾ ਵੱਡਾ ਕਮੀਨਾ ਬੰਦਾ ਹੈ ਅ ਸੈਦ ਜ਼ਾਦਾ ਸ਼ਾਹ ਸਾਹਿਬ ਸੋਭਾ ਚ ਬੜੇ ਬੜੇ ਲੋਗਾ ਦੀ ਸੋਭਾ ਚ ਬੈਠਣ ਵਾਲਾ ਬੜੇ ਆਸਤਾਨਿਆਂ ਦੀ ਸੋਭਾ ਚ ਵੱਡੇ ਵੱਡੇ ਆਸਤਾਨ ਨੇ ਇਸ ਬੰਦੇ ਕੋਲ ਤੇ ਇਹ ਠੀਕ ਹੈ ਤੂੰ ਵੋਟ ਹਾਸਲ ਕਰਨੇ ਨੇ ਤੂੰ ਉਹਨਾਂ ਕੋ ਪੈਸਾ ਲੈਣਾ ਹੈ ਤੂੰ ਏਡੀ ਵੱਡੀ ਬਗੈਰਤੀ ਤਾਂ ਨਾ ਕਰ ਇਹ ਅਲਫਾਸ ਤਾਂ ਨਾ ਬੋਲ ਬਲੌਰ ਜਾਓਗੇ ਤੇ ਤੁਹਾਨੂੰ ਸਵਾਬ ਵੀ ਮਿਲੇਗਾ ਸਵਾਬ ਜਿਹਹਾਦ ਤੇ ਜਾ ਰਹੇ ਕੋਈ ਸ਼ਰਮ ਕਰਾ ਕੋਈ ਸ਼ਾਹ ਸ਼ਰਮ ਕਰ ਕੋਈ ਹਯਾ ਕਰ ਸੈਦ ਜ਼ਾਦਾ ਤੂੰ ਤੇਰੇ ਪਿਓ ਦਾ ਬੜਾ ਨਾਂ ਹੈ ਤੇਰਾ ਆਸਤਾਨਾ ਬੜਾ ਵਸਦਾ ਹੈ ਆ ਬੈਠੇ ਹੋਏ ਨਾਲ ਦੇ ਮੌਲਵੀ ਲਾਵਣੇ ਦੇ ਤੇ ਫਤਵਾ ਵੀ ਇਹ ਕਿਹੜਾ ਸਵਾਬ ਹੈ ਇਹ ਫਲਸਤੀਨ ਜਾ ਰਹੇ ਨੇ ਇਹ ਲੋਕਾਂ ਨੂੰ ਫਲਸਤੀਨ ਵਾਸਤੇ ਕਿਉਂ ਨਹੀਂ ਤਿਆਰ ਕਰ ਦੇ ਜੇ ਇਹ ਕਸ਼ਮੀਰ ਵਾਸਤੇ ਕਿਉਂ ਨਹੀਂ ਤਿਆਰ ਕਰ ਦੇ ਜੇ ਹਜ਼ਾਰਾਂ ਮੁਸਲਮਾਨ ਮਰ ਰਹੇ ਨੇ ਕੋਈ ਇੱਕ ਬਗੈਰਤ ਦੀ ਕਿਸੇ ਇੱਕ ਵੀ ਬਗੈਰਤ ਦੀ ਇਹ ਕਿਸੇ ਵੀ ਸਿਆਸਤਦਾਨ ਦਾ ਕੋਈ ਇੰਟਰਵਿਊ ਹੈ ਠੀਕ ਹੈ ਤੁਹਾਡੇ ਆਪਣੀ ਕਿਸੇ ਸਿਆਸਤ ਤੁਹਾਡੀ ਆਪਣੀ ਸਿਆਸਤ ਹੈ ਤੁਹਾਡੇ ਆਪਣੇ ਉਹਨਾਂ ਨਾਲ ਅچھے ਤਾਲੁਕਤ ਨੇ ਲੇਕਿਨ ਇਸ ਹੱਦ ਤੱਕ ਬੰਦੇ ਨੂੰ ਨਹੀਂ ਜਾਣਾ ਚਾਹੀਦਾ ਅਨਾਲ ਦੇ ਮੌਲਵੀ हसन ਡੈ ਨੇ ਕੋਈ ਸ਼ਰਮ ਕਰੋ ਯਾਰ ਕੋਈ ਹਯਾ ਕਰੋ ਆਲੋ ਮਾਇ ਮਸ਼aikh ਦਾ ਸਦਰ ਬੋਲਣ ਦੇ ਇਹ ਸਦਰ ਦਾ ਹਾਲ ਹੈ ਤੇ ਪਿੱਛੇ ਥੱਲੇ ਵੀ ਫਰੇਵਿੰਦੀ ਨਹੀਂ ਸਾਰੇ ਕੋਈ ਹਯਾ ਕਰੋ ਯਾਰ ਹਯਾ ਕਰੋ ਠੀਕ ਹੈ ਤੁਸੀਂ ਇਸਤੇਕਬਾਲ ਕਰੋ ਲੇਕਿਨ ਕਦੀ ਉਹਨਾਂ ਆਦੇ ਜਿਹੜਾ ਲਾਹੌਰ ਜਾਵੇ ਦੇ ਇਸਤੇਕਬਾਲ ਵਾਸਤੇ ਜੰਨਤ ਦੀ ਟਿਕਟ ਇਹ ਉਹਨਾਂ ਆਇਆ ਜੀ ਆ ਸੁਣਿਆ ਜੇਂ ਦੀ ਵੀ ਗੱਲ ਸੁਣਿਆ 21 ਅਕਤੂਬਰ ਕੋ ਮਨਾਰੇ ਪਾਕਿਸਤਾਨ 4 ਵਜੇ ਸੁਣੋ ਸੁਣੋ ਇਹ ਮੈਂ ਸ਼ਾਹ ਸਾਹਿਬ ਬੋਲ ਰਿਹਾ ਕਿ ਜੀ ਕੇ ਐਨ ਕਾਰੇ ਸਵਾਬ ਹੈ कि ये हमारा मिली दीनी इस्लामी इखलाकी ये हमारा फरीजा है कि जी के हम कायदे पाकिस्तान मौसने पाकिस्तान का इक्कीस अक्टूबर को मीनार पाकिस्तान चार बजे पहुंचना ये मैं जरूर कहूँगा इस्लामी ये हमारा फरीजा है पाकिस्तान मोसन पाकिस्तान का ਔਰ ਇਹ 25 ਸਾਲ ਹੋ ਗਏ ਨੇ ਇਸ ਬੰਦੇ ਨੂੰ ਸਿਆਸਤ ਦੇ ਵਿੱਚ 21 ਅਕਤੂਬਰ ਕੋ ਮিনারੇ ਪਾਕਿਸਤਾਨ 4 ਵਜੇ ਪਹੁੰਚਣਾ ਇਹ ਮੈਂ ਜ਼ਰੂਰ ਕਹਾਂਗਾ ਕਿ ਜੀ ਕਿ ਐਨ